ਵੱਖ ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ ਅਤੇ ਕਿਸਾਨ ਅਤੇ ਮਜ਼ਦੂਰ ਤੇ ਹੋਰ ਇਸ ਧਰਨੇ 'ਚ ਆਏ ਵੱਖੋ ਵੱਖ ਜਥੇਬੰਦੀਆਂ ਦੇ ਉਹ ਲੋਕ ਜਿਹੜੇ ਸਮਰਥਨ ਦੇਣ ਲਈ ਆ ਰਹੇ ਨੇ ਆਏ ਹੋਏ ਨੇ ਉਹਨਾਂ ਨੂੰ ਅੱਜ ਜਿਹੜੀਆਂ ਸਾਡੀਆਂ 32 ਪੰਜਾਬ ਦੀਆਂ ਜਥੇਬੰਦੀਆਂ ਨੇ ਅਤੇ 475 ਤੋਂ ਉੱਪਰ ਜਿਹੜੀਆਂ ਭਾਰਤ ਦੀਆਂ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਬਣਿਆ ਹੋਇਆ ਉਹਨਾਂ ਸਾਰਿਆਂ ਵੱਲੋਂ ਜੀ ਆਇਆ ਕਹਿੰਦਾ ਹੋਇਆ ਮੈਂ ਆਪਣੀ ਗੱਲ ਸ਼ੁਰੂ ਕਰਦਾ ਹਾਂ ਭਰਾਵੋ ਤੁਹਾਨੂੰ ਪਤਾ ਮੰਗਾਂ ਬਾਰੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਜੋ ਅਸੀਂ ਕੇਂਦਰ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਸਭ ਤੋਂ ਪਹਿਲੀ ਮੰਗ ਸੀ ਕਿ ਮੰਡੀ ਵਾਲਾ ਕਾਨੂੰਨ ਜਿਸ ਮੰਡੀ ਨੂੰ ਬਾਈਪਾਸ ਕਰਕੇ ਸਰਕਾਰ ਇੱਕ ਨਵਾਂ ਕਾਨੂੰਨ ਬਣਾ ਰਹੀ ਹੈ ਜਿਹੜੀਆਂ ਮੰਡੀਆਂ ਆਪਾਂ ਪੰਜਾਬ ਦੇ ਵਿੱਚ ਜਾਂ ਬਾਕੀ ਹਰਿਆਣੇ ਵਾਲੇ ਸਾਥੀ ਫਸਲਾਂ ਬੀਜਦੇ ਨੇ ਉਹਦੀ ਜਗ੍ਹਾ ਮੰਡੀ ਖਤਮ ਕਰਕੇ ਪ੍ਰਾਈਵੇਟ ਮੰਡੀ ਉਹ ਲੈ ਕੇ ਆਉਣਾ ਚਾਹੁੰਦੇ ਨੇ ਦੂਸਰਾ ਉਹ ਖੇਤੀ ਦੇ ਅੰਦਰ ਠੇਕਾ ਖੇਤੀ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਲੈ ਕੇ ਆਉਣਾ ਚਾਹੁੰਦੇ ਨੇ ਅਤੇ ਤੀਸਰਾ ਹੈ ਜ਼ਖੀਰੇਬਾਜ਼ੀ ਨੂੰ ਖਤਮ ਕਰਨ ਵਾਲੇ ਕਾਨੂੰਨ ਨੂੰ ਹੀ ਖਤਮ ਕਰਨਾ ਚਾਹੁੰਦੇ ਨੇ ਇਹ ਤਿੰਨ ਕਾਨੂੰਨਾਂ ਨੂੰ ਰੱਦ ਕਰਨ ਦੀ ਪਹਿਲੀ ਮੰਗ ਹੈ ਦੂਜੀ ਮੰਗ ਹੈ ਕਿ ਪੂਰੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਦਾ ਭਾਅ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਜਿਹਦੇ ਵਿੱਚ ਲਾਗਤਾਂ ਸੀਟੂ ਉੱਤੇ 50% ਮੁਨਾਫਾ ਪਾ ਕੇ ਸਾਰੇ ਦੇਸ਼ ਦੇ ਵਿੱਚ ਕਾਨੂੰਨ ਬਣਾ ਕੇ ਉਹਦਾ ਲੀਗਲ ਹੱਕ ਦਿੱਤਾ ਜਾਵੇ ਤੀਸਰਾ ਹੈ ਬਿਜਲੀ ਬਿੱਲ 20% ਰੱਦ ਕੀਤਾ ਜਾਵੇ ਚੌਥਾ ਹੈ ਜਿਹੜਾ ਪਰਾਲੀ ਦੇ ਮਸਲੇ ਦੇ ਉੱਤੇ ਆ ਰਹੀਆਂ ਨੇ ਮਤਲਬ ਕਿ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਉਹਨੂੰ ਰੱਦ ਕੀਤਾ ਜਾਵੇ ਡੀਜ਼ਲ ਦਾ ਰੇਟ ਅੱਧਾ ਕੀਤਾ ਜਾਵੇ ਅਤੇ ਕਿਸਾਨਾਂ ਦੇ ਉੱਤੇ ਬਣੇ ਹੋਏ ਜਿਹੜੇ ਕੇਸ ਨੇ ਅਤੇ ਆਮ ਜਮਹੂਰੀ ਲੋਕਾਂ ਦੇ ਉੱਤੇ ਜਿਹੜੇ ਬਣੇ ਹੋਏ ਕੇਸ ਨੇ ਉਹ ਕੇਸ ਰੱਦ ਕੀਤੇ ਜਾਣ ਇਸ ਮੰਗ ਪੱਤਰ ਨੂੰ ਲੈ ਕੇ ਆਪਾਂ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇ ਨਾਲ ਲੜਾਈ ਦੇ ਵਿੱਚ ਲੱਗੇ ਹੋਏ ਹਾਂ ਤੁਹਾਨੂੰ ਯਾਦ ਹੈ ਕਿ ਕਿਵੇਂ ਸਾਰੇ ਦੇਸ਼ ਦੇ ਵਿੱਚ ਫਿਰ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਕਿਵੇਂ ਜਥੇਬੰਦੀਆਂ ਨੇ ਜਿਹੜੀਆਂ ਇੱਕ ਇੱਕ ਜਥੇਬੰਦੀ ਤੋਂ 10 ਜਥੇਬੰਦੀਆਂ 10 ਜਥੇਬੰਦੀਆਂ ਤੋਂ 23 ਤੋਂ 31 ਤੇ 31 ਤੋਂ ਅੱਜ 32 ਜਥੇਬੰਦੀਆਂ ਦਾ ਮੋਰਚਾ ਔਰ ਇਹ ਵੀ ਤੁਸੀਂ ਹੈਰਾਨ ਹੋਵੋਗੇ ਕਿ 1 ਮਹੀਨਾ ਪਹਿਲਾਂ ਹੀ ਆਹ ਜਿਹੜਾ 475 ਜਥੇਬੰਦੀਆਂ ਦਾ ਮੋਰਚਾ ਇਹ 1 ਮਹੀਨਾ ਪਹਿਲਾਂ ਹੀ ਗੁਰਦੁਆਰਾ ਰਕਾਬਗੰਜ ਦੇ ਵਿੱਚ ਹੋਣ 'ਚ ਆਇਆ ਔਰ ਇਹਦੀਆਂ ਮੀਟਿੰਗਾਂ ਨੇ ਜਿਹੜੀਆਂ ਵੱਡੀਆਂ ਮੀਟਿੰਗਾਂ ਉਹ ਇਸੇ ਮੈਦਾਨ 'ਚ ਆ ਕੇ ਸਿੰਘੂ ਬਾਰਡਰ ਦੇ ਮੈਦਾਨ 'ਚ ਆ ਕੇ ਇੱਥੋਂ 1 ਕਿਲੋਮੀਟਰ ਦੂਰ ਇੱਥੇ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਸੋ ਇਸ ਪ੍ਰਸੰਗ ਦੇ ਵਿੱਚ ਜਦੋਂ ਲੜਾਈ ਆਪਣੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਪਹੁੰਚ ਚੁੱਕੀ ਹੈ ਅੱਜ ਕੱਲ੍ਹ 6 ਰਾਊਂਡ ਹੋ ਚੁੱਕੇ ਗੱਲਬਾਤ ਦੇ ਇਹ 6 ਰਾਊਂਡ ਦੇ ਵਿੱਚ ਪਹਿਲਾਂ ਕੇਂਦਰ ਸਰਕਾਰ ਕਹਿੰਦੀ ਸੀ ਪ੍ਰਧਾਨ ਮੰਤਰੀ ਵੀ ਗ੍ਰਹਿ ਮੰਤਰੀ ਤੇ ਖੇਤੀ ਮੰਤਰੀ ਵੀ ਇਹ ਕਾਨੂੰਨ ਤਾਂ ਬਹੁਤ ਬੜੇ ਵਧੀਆ ਨੇ ਕਿਸਾਨਾਂ ਦੇ ਹੱਕ 'ਚ ਨੇ ਪਰ ਅਲਟੀਮੇਟਲੀ ਉਹਨਾਂ ਨੂੰ ਇੱਥੇ ਆਉਣਾ ਪਿਆ ਕਿ ਪਹਿਲੇ 3 ਕਾਨੂੰਨਾਂ ਨੂੰ ਰੱਦ ਕਰਨ ਵਾਲੇ ਮਸਲੇ ਤੇ ਉਹ ਆ ਗਏ ਕਿ ਇਹਦੇ ਜਿਹੜੀਆਂ ਵੀ ਕਿਸਾਨ ਵਿਰੋਧੀ ਮੱਦਾਂ ਨੇ ਉਹਨਾਂ ਨੂੰ ਅਸੀਂ ਠੀਕ ਕਰਨ ਲਈ ਤਿਆਰ ਹਾਂ ਤੇ ਨਾਲ ਜਿਹੜੀਆਂ ਦੂਸਰੀਆਂ 5 ਮੰਗਾਂ ਨੇ ਬਿਜਲੀ ਬਿੱਲ ਹਵਾ ਦਾ ਪ੍ਰਦੂਸ਼ਣ ਵਾਲਾ ਬਿੱਲ ਤੇ MSP ਵਾਲਾ ਬਿੱਲ ਇਹਦੇ ਤੇ ਵੀ ਅਸੀਂ ਸੋਚਣ ਲਈ ਤਿਆਰ ਹਾਂ ਤੇ ਉਹ ਸੋਚ ਕੇ ਉਹਨਾਂ ਨੇ ਕੱਲ ਸਾਨੂੰ ਕੁਝ ਲਿਖਤੀ ਆਪਣਾ ਨੋਟ ਭੇਜਿਆ ਅਸੀਂ ਕਿਸਾਨ ਜਥੇਬੰਦੀਆਂ ਦੀ ਮੌਕੇ ਤੇ ਹੀ ਮੀਟਿੰਗ ਬੁਲਾਈ ਸੰਯੁਕਤ ਕਿਸਾਨ ਮੋਰਚਾ ਤੇ ਇਹਦੇ ਤੋਂ ਇਲਾਵਾ ਜਿਹੜੀਆਂ ਕੁਝ ਜਥੇਬੰਦੀਆਂ ਨੇ ਉਹਨਾਂ ਨੇ ਯੂਨੈਨੀਮਸਲੀ ਇੱਕਜੁੱਟ ਹੋ ਕੇ ਉਹਨਾਂ ਦੀਆਂ ਜਿਹੜੇ ਸੁਧਾਰ ਕਰਨ ਵਾਲੀਆਂ ਦੇ ਮੱਦਾਂ ਆਈਆਂ ਸੀ ਉਹਨੂੰ ਰੱਦ ਕਰਦੇ ਹੋਏ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਲਏ ਨੇ ਸੋ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਖੜੇ ਕਰਵਾ ਕੇ ਮਨਜ਼ੂਰੀ ਲੈਣਾ ਚਾਹੁੰਦਾ ਕਿ ਤੁਹਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਸਰਕਾਰ ਵੱਲੋਂ ਸੰਸ਼ੋਧਨਾਂ ਆਈਆਂ ਸੀ ਉਹਨੂੰ ਰੱਦ ਕਰਨ ਦਾ ਫੈਸਲਾ ਲਿਆ ਤੁਸੀਂ ਉਸ ਫੈਸਲੇ ਨਾਲ ਸਹਿਮਤ ਹੋ ਉਸ ਤੋਂ ਬਾਅਦ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਧਰਨਿਆਂ ਨੂੰ ਮਜ਼ਬੂਤ ਕਰਾਂਗੇ ਇਸ ਕਰਕੇ ਭਰਾਵੋ ਆਪੋ ਆਪਣੇ ਸੂਬੇ 'ਚ ਆਪੋ ਆਪਣੀ ਜਥੇਬੰਦੀ ਵੱਲੋਂ ਸੱਦਾ ਦਿਓ
कि हर घर का एक बंदा हर घर चो पंजाब हरियाणा यूपी उत्तराखंड राजस्थान ते मध्य प्रदेश हर घर चो एक एक व्यक्ति जरूर इन्हां मोर्चा दे विच हाजरी लवावे। तुहानू मैं दसना चाहुंदा कि आ सिंघू बॉर्डर टीकरी बॉर्डर उधर अपना मेरठ वाला बॉर्डर इधर पलवल इत्थे नाके लगे हुए ने। कल नू आपां ने कल आपां ने फैसला कीता कि 12 तरीक नू इस आने वाली 12 तरीक नू जयपुर तो जड़ी वड्डी सड़क आउंदी है दिल्ली वड्डी सड़क है बहुत वड्डी है तो इहदे जिड्डी है हो 12 तरीक नू हरियाणा राजस्थान ते नाल लगदे यूपी दे जिहड़े किसान ने उह जयपुर दिल्ली हाईवे नू बंद कर देणगे। 12 तरीक नू ही सारे देश दे अंदर जिवें पहलो पंजाब ने एक ली खड़ी कीती है सारे देश दे टोल प्लाजे 12 तरीक नू खोल दिते जाणगे। इस तों अगे 14 तरीक नू इन्हां पंज सूबे जिहड़े मैं 6 सूबिआं दे नां लए आ इत्थे एक एक करना जिला पद्धरां ते धरने दिते जाणगे पर मुख सत्ता होऊगा दिल्ली चलो। बाकी दे सूबिआं विच उत्थे धरने ने जिहड़े अज मैं देखिआ कर्नाटक दी फोटो कर्नाटक दे किसान ते होर लोग अज कर्नाटक दा जिहड़ा गवर्नर हाउस है उहनूं घेर लगे होए ने। सो सारे सूबिआं दे अंदर जिहड़े इह धरने ने पर जिहड़े मार्च ने रोह मार्च कट्टे जाणगे इह बाकी दे सूबिआं दे अंदर बंगाल उड़ीसा ते उधर कर्नाटक तमिलनाडु वगैरह दे विच इह जिवें आपां पक्के बैठे आ इह जिला पद्धरां ते किसान ने जिहड़े पक्के धरने ला के बैठणगे। इहदे नाल ही असीं ऐलान कीता कि जिहड़े देश दे वड्डे कारपोरेट घराणे ने अंबानी अडानी ते उहनां दे नाल वड्डे घराणे ने उहनां दीआं जिहड़ियां वी सेवावां ते जिहड़े वी उहनां दी पैदावार आ प्रोडक्शन ने उहनां दा देश दे लोकां नूं सद्दा दित्ता चाहे जियो सिम है चाहे माल ने चाहे कोई होर वड्डे उहनां दे गोडाउन ने उहनां दा सारे देश दे लोकां नूं सद्दा दित्ता इहनां दा बाइकाट करो। नाल दी नाल ਇਹ ਸੱਦਾ ਦਿੱਤਾ ਕਿ ਦੇਸ਼ ਦੇ ਕਾਨੂੰਨ ਬਣਾਉਣ ਵਾਲੀ ਦਿੱਲੀ ਦੇ ਵਿੱਚ ਬੈਠੀ ਸਰਕਾਰ ਇਹਨੂੰ ਚਲਾਉਣ ਵਾਲੀ ਪਾਰਟੀ ਬੀਜੇਪੀ ਤੇ ਇਹਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਪਾਰਟੀਆਂ ਨੇ ਬਾਕੀ ਉਹਨਾਂ ਦੇ ਦਫ਼ਤਰਾਂ ਉਹਨਾਂ ਦੇ ਘਰਾਂ ਅੱਗੇ ਧਰਨੇ ਲਾਓ ਕਾਲੇ ਝੰਡੇ ਦਿਖਾਓ ਘਰਾਓ ਕਰੋ ਬਾਈਕਾਟ ਕਰੋ ਉਹਨਾਂ ਦਾ। ਸੋ ਇਹ ਸੱਦਿਆਂ ਦੇ ਨਾਲ ਮੈਂ ਤੁਹਾਡੇ ਤੋਂ ਇਹ ਤਮਾਮ ਸੱਦਿਆਂ ਦੀ ਮਨਜ਼ੂਰੀ ਲੈਂਦੇ ਹੋਏ ਅਸੀਂ ਬੈਠੇ ਇਸ ਵੇਲੇ ਹਰਿਆਣੇ ਦੇ ਅੰਦਰ ਇਹ ਹਰਿਆਣੇ ਦੀ ਜਗ੍ਹਾ ਜਿਵੇਂ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਲੋਕਾਂ ਨੇ ਮਜਬੂਰ ਕਰਤਾ ਸੀ ਅਕਾਲੀ ਦਲ ਨੂੰ ਬੀਜੇਪੀ ਦਾ ਸਾਥ ਛੱਡਣ ਲਈ ਹਰਿਆਣੇ ਦੇ ਧਰਨੇ ਤੋਂ ਹਰਿਆਣੇ ਦੇ ਲੋਕ ਇਹ ਸ਼ਬਦ ਲੈਣ ਇਹ ਐਲਾਨ ਹੋਵੇ ਕਿ ਹਰਿਆਣੇ ਦੇ ਵਿੱਚ ਜੇਜੇਪੀ ਚੁਟਾਲੇ ਦੀ ਪਾਰਟੀ ਹੈ ਜਿਹੜੀ ਕਦੋਂ ਅਕਾਲੀ ਦਲ ਵਾਂਗ ਬੀਜੇਪੀ ਦੇ ਖਹਿੜਾ ਛੱਡੇ ਤੇ ਉਹ ਜਾਣ ਆ ਕੇ ਕਿਸਾਨਾਂ ਦੇ ਨਾਲ ਆਪਣਾ ਇੱਕ ਮੁੱਠਤਾ ਜਿਟਾਵੇ। ਇਸੇ ਤਰ੍ਹਾਂ ਬਾਕੀ ਸੂਬਿਆਂ ਦੇ ਅੰਦਰ ਵੀ। ਸੋ ਭਰਾਵੋ ਇਹ ਜਿਹੜੇ ਸਾਰੇ ਪ੍ਰੋਗਰਾਮ ਕੱਲ੍ਹ ਐਲਾਨ ਕੀਤੇ ਨੇ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਇੱਕ ਵਾਰੀ ਸਾਰੇ ਇਹਨਾਂ ਐਲਾਨਾਂ ਦੀ ਤੁਸੀਂ ਸਹਿਮਤੀ ਦਿਓ ਹੱਥ ਖੜੇ ਕਰਕੇ ਜਕਾਰੇ ਲਾਉਂਦੇ ਹੋਏ ਕਿ ਇਹਨਾਂ ਨੂੰ ਲਾਗੂ ਕਰਾਂਗੇ। ਤੇ ਨਾਲ ਹੀ ਇਹ ਲੜਾਈ ਹੈ ਜਿਹੜੀ ਇਸ ਲੜਾਈ ਦੇ ਵਿੱਚ ਬੀਜੇਪੀ ਤੇ ਹੋਰ ਪਾਰਟੀਆਂ ਨੇ ਇੱਕ ਬੜੀ ਚੁੱਪ ਵੱਟ ਲਈ ਹੈ। ਆਪਾਂ ਨੂੰ ਕਸਮ ਖਾਣੀ ਚਾਹੀਦੀ ਹੈ ਇੱਥੇ ਆਪਾਂ ਨੂੰ ਸੰਕਲਪ ਲੈਣਾ ਚਾਹੀਦਾ ਜਿਵੇਂ ਆਪਾਂ ਲੈ ਕੇ ਬੈਠੇ ਹਾਂ ਕਿ ਇਕੱਠ ਨੂੰ ਦਿਨ ਰਾਤ ਵਧਾਉਣਾ ਸ਼ੁਰੂ ਕਰੋ ਫੋਨ ਕਰੋ ਸੁਨੇਹੇ ਦਿਓ ਆਪੋ ਆਪਣੇ ਪਿੰਡਾਂ 'ਚ ਆਪੋ ਆਪਣੇ ਬਲਾਕਾਂ 'ਚ ਆਪੋ ਆਪਣੇ ਘਰਾਂ 'ਚ ਕਿ ਇਕੱਠ ਨੂੰ ਹੋਰ ਵਧਾਓ ਟਿੱਕਰੀ ਤੇ ਹੋਰ ਵਧਾਓ। 12 ਤਰੀਕ ਨੂੰ ਜੈਪੁਰ ਦਿੱਲੀ ਹਾਈਵੇ ਬੰਦ ਹੋਊਗਾ ਸਾਰੇ ਦੇਸ਼ ਦੇ ਕਿਸਾਨ ਲੱਗੇ ਹੋਏ ਨੇ। ਸੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਯਕੀਨ ਦਵਾਉਣਾ ਇਸ ਗੱਲ ਦਾ ਕਿ ਤੁਹਾਡੀ ਲੀਡਰਸ਼ਿਪ ਬਹੁਤ ਗੱਲਾਂ ਆ ਰਹੀਆਂ ਨੇ ਮੀਡੀਆ ਵੀ ਇਸ ਕਿਸਮ ਦੀਆਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕਰਦਾ ਸਾਡੀ ਲੀਡਰਸ਼ਿਪ ਹੈ ਜਿਹੜੀ ਅਸੀਂ ਰੋਜ਼ ਮੀਟਿੰਗ ਕਰਦੇ ਅੱਜ 2 ਵਜੇ ਮੀਟਿੰਗ ਹੈ ਅਸੀਂ ਸਰਬਸੰਮਤੀ ਨਾਲ ਫੈਸਲੇ ਲੈਂਦੇ ਹਾਂ। ਤੁਹਾਡੀ ਲੀਡਰਸ਼ਿਪ ਕੋਲ ਇੰਨੀ ਕੁ ਖੋਪੜੀ ਦੇ ਵਿੱਚ ਦਿਮਾਗ ਹੈ ਕਿ ਜਿਹੜੇ ਵਿਰੋਧੀ ਚਾਲਾਂ ਚੱਲਦੇ ਨੇ ਉਹਨਾਂ ਚਾਲਾਂ ਦਾ ਠੋਕ ਕੇ ਜਵਾਬ ਦੇ ਸਕੀਏ। ਦੇ ਰਹੇ ਹਾਂ ਦਿੰਦੇ ਰਹਾਂਗੇ ਤੇ ਆਖਿਰ ਜਿੱਤ ਤੱਕ ਪਹੁੰਚਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ।
वाहगुरु जी का खालसा वाहगुरु जी की फतेह। बहुत बहुत धन्यवाद प्रधान जी का। हुण सैकटरी साहब वाहेगुरु जी का खालसा वाहेगुरु जी की फतेह जी। मेरे हुण स्टेशन की ड्यूटी शुरू होंदी है जी। सतगुर की कृपा दे नाल जिन्हां सज्जणां ने माया अरदास कराई है सब तो पहले उन्होंने मान सम्मान कर लीजिए। उन्होंने नाम इस तरह जी, पिंड गुणिया जिला गुरदासपुर तो जी 5100 रुपया आया जी, पिंड राऊवाल तहसील जगराओं लुधियाना तो 2500 रुपया जी, ई टी टी अध्यापक जूनियर पंजाब प्रधान जसविंदर सिंह सिद्धू 1100 रुपये जी, बलराज सिंह कनेडा तलवाड़ा तो जी वह 1100 रुपया जी, पिंड राजियाणा जिला मोगा जोगापति रणियापति जी इन्हों का 2100 रुपया जी, और सबका हैड ग्रंथी गुरद्वारा बंगला साहब के जो ग्रंथी है जी उन्होंने वालों 2100 रुपया, और अठवाल भुलर डेरा बाबा नानक गुरदासपुर सरदूल सिंह सरपंच के समूह संगत उन्होंने वालों जी 20000 रुपया भेटा किया गया है जी संघर्ष वास्ते जी, और बलदेव सिंह आड़ती एसोसीएशन पिंड जयरामपुर जिला कपूथला इन्हों वालों जी 2000 रुपया भेटा की गई है। सतगुरु महाराज इन्होंने खजाने होर भरपूर कर ताकि संघर्ष में वो तो वारा मिले जी। हम मेरी बेनती है जी सरदार अवतार सिंह मेलो मंड प्रधान लखवाल जी उन्होंने वो अपने 5 मिनट वास्ते थोड़े गल साझी कर जी। परम सत्कार योग साध सिंह मैं सब फतेह बुलाना फतेह का जवाब फतेह देना। वाहगुरु जी का खालसा वाहगुरु जी की फतेह। मैं थानू एक गल दसनी चाहना जेड़े वीर इतने स्टेज ते आके ये कहते ने भी धरना भाने नहीं मनिया कहां जाना। मैं थानू सूचित करदा डल्ले साहब बोल के गए ने ते तुसीं इह चीज दा ख्याल रखना भई आपां धरना इत्थे ही रखना। लोकां दी जित इत्थे होणी आ इत्थे उहनां नूं बुलाउणा। कई मेरे वीर कहिंदे ने इह आखरी संघर्ष आ। नहीं, ये जित के होर संघर्ष करने ने जेड़िया अपनिया लुट्टां हो रही ने काले कानून नहीं है काले मौत दे फ्रंट ने किसानां दे कले किसानां दे नहीं मजदूर तो लैके वड्डे व्यापारी तक सारिया तक अपने मौत दे फ्रंट ने। थोनू मैं दसना चाहना भाई जेड़े नवी गल करनी लगना मैं जेड़े संघर्ष आपां करने ने MLA लै लो MP लै लो जे एक बारी MLA बन गया ओदी पेंशन लगदी आ, जे 10 बारी बन गया ओदियां 10 पेंशन लगदियां ने, एक MP बन गया ओदी 1 पेंशन लगदी आ, जे ओ 5 बारी या 7 बारी बन जाए ओदियां पेंशनां ओनियां हो जांदियां ने। ओ फंड कित्थों जांदा जदों किसानां दी गल आउंदी आ तां ओ इह गल कह दिंदे ने साडे कोल फंड नहीं। अवानी दे इन्हां ने कर्जे माफ करन लई किन्ने करोड़ां रुपया इन्हां ने उहनां नूं दा छड्डिया। इस करके अज दा जिहड़ा संघर्ष आ मैं उहदे ते गल करनी चाहुंदा। अज दे संघर्ष दे विच जिहड़े कानून बनाए ने ना अमित शाह ते मोदी इन्हां दी सरकार नहीं जुंडली दी, ये सरकार अंबानी ते अडानी दी। ओह कानून बनाउंदे ने ते ओह कानून लागू कराउंदे ने। ये भी सरमायेदार दा कानून बना के थोनू कसियारा बनाउणा चाहुंदे ने। इस करके मोदी दी अज नींद हराम चुकी आ, ओनू रात नूं सुपने आउंदे ने, ओ रात नूं नींद नहीं आउंदी ओनू। सुपने केड़े आउंदे ने जदों हरी सिंह नलूआ सच्चे पातशाह ने बख्शिश कीती उहनां नूं तां जिहड़ियां पठानियां सी
ਉਹ ਬੱਚਿਆਂ ਨੂੰ ਕਹਿੰਦੀ ਅਸੀਂ ਚੁੱਪ ਕਰ ਜਾ ਹਰੀ ਸਿੰਘ ਨੜੂਆ ਆ ਜਾਊਗਾ ਹੁਣ ਇਹਨੂੰ ਸੁਪਨੇ ਆਉਂਦੇ ਨੇ ਇਹ ਸੰਘਰਸ਼ ਪੰਜਾਬ ਦਾ ਨਹੀਂ ਸਾਰੇ ਹਿੰਦੁਸਤਾਨ ਦਾ ਨਹੀਂ ਇਹ ਦੁਨੀਆ 'ਚ ਫੈਲ ਚੁੱਕਿਆ ਸਾਰੀ ਸਾਰੀ ਦੁਨੀਆ 'ਚ ਫੈਲ ਚੁੱਕਿਆ ਕੱਲਾ ਦੁਨੀਆ 'ਚ ਨਹੀਂ ਤੁਹਾਡੀ ਯੂਨੀਅਨ 'ਚ ਜਿਹੜੀ UNO ਬਣੀਆ ਉਹਦੇ ਵਿੱਚ ਤੁਹਾਡਾ ਕੇਸ ਦਾਖਲ ਹੋ ਗਿਆ ਇਸ ਕਰਕੇ ਇਹਦੀ ਨੀਂਦ ਖਰਾਬ ਹੋਈ ਹੋਈ ਆ ਔਰ ਮੈਂ ਦੱਸਣਾ ਚਾਹੁੰਦਾ ਅਮਿਤ ਸ਼ਾਹ ਦੇ ਜੋੜੀ ਨੂੰ ਇਹ ਸਦਾ ਬਹਾਰਾਂ ਨਹੀਂ ਰਹਿੰਦੀਆਂ ਹੁੰਦੀਆਂ ਤੁਹਾਨੂੰ ਸਮਝ ਲੈਣਾ ਚਾਹੀਦਾ ਜਿੰਨਾ ਵੋਟਾਂ ਨਾਲ ਬਣੇ ਹੋ ਤੁਸੀਂ ਆ ਤੁਹਾਡੇ ਸਾਹਮਣੇ ਬੈਠੇ ਨੇ ਸਾਡੇ ਡਟੇ ਹੋਏ ਨੇ ਜਿਹਦੇ ਵੀਰ ਮੈਂ 26 ਤਰੀਕ ਤੋਂ ਲੈ ਕੇ ਬਲਕਿ 2.5 ਮਹੀਨਿਆਂ ਤੱਕ 2.5 ਮਹੀਨਿਆਂ ਨੂੰ ਲੈ ਕੇ ਸੰਘਰਸ਼ ਦੇ ਵਿੱਚ ਦਾਖਲ ਹੁੰਦਾ ਆ ਹੁਣ ਵੀ ਮੈਂ ਆਪਣੀ ਗੱਡੀ ਦੇ ਵਿੱਚ ਪੈਣਾ 26 ਤਰੀਕ ਤੋਂ ਇੱਥੇ ਆ ਮੇਰੀ 82 ਸਾਲ ਦੀ ਉਮਰ ਆ ਔਰ ਮੇਰੇ 4 ਆਪਰੇਸ਼ਨ ਹੋਏ ਹੋਏ ਨੇ ਮੈਂ ਸੰਘਰਸ਼ ਦੇ ਵਿੱਚ ਹਰ ਕੁਰਬਾਨੀ ਦੇਣ ਨੂੰ ਤਿਆਰ ਆ 24 ਘੰਟੇ ਤਿਆਰ ਆ ਜਦੋਂ ਵੀ ਲੋੜ ਪਈ ਇਹ ਅਵਤਾਰ ਸਿੰਘ ਮੇਲੋ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਮੀਤ ਪ੍ਰਧਾਨ ਅੱਜ ਜਥੇਬੰਦੀ ਨੂੰ ਦਾਵਾ ਦਿੰਦਾ ਹੁਣ ਮੈਂ ਨਾਰੇ ਲਾਊਂਗਾ 4 ਨਾਰੇ ਕੀ ਨੇ ਕਿਸਾਨ ਮਜ਼ਦੂਰ ਜਿੰਦਾਬਾਦ ਪਿੰਡਾਂ ਵਿੱਚ ਉਹ ਬੜੂ ਮੈਂ ਕਹੂੰਗਾ ਜਿਹੜਾ ਕਿਸਾਨਾਂ ਨਾਲ ਖੜੂ ਪਿੰਡਾਂ ਵਿੱਚ ਉਹ ਬੜੂ ਪਿੰਡਾਂ ਵਿੱਚ ਉਹ ਬੜੂ ਬੋਲੇ ਸੋਨੀਆ ਬਹੁਤ ਬਹੁਤ ਧੰਨਵਾਦ ਜੀ ਇੱਕ ਸੂਚਨਾ ਕਿੱਥੇ ਤੱਕ ਆਵਾਜ਼ ਪਹੁੰਚਦੀ ਆ ਸਾਰੇ ਧਿਆਨ ਨਾਲ ਸੁਣੋ ਜੀ ਚੰਡੀਗੜ੍ਹ ਦਾ ਇੱਕ ਪ੍ਰੈਸ ਰਿਪੋਰਟਰ ਬੀਬੀ ਜਗਿੰਦਰ ਕੌਰ ਇੱਥੇ ਆਏ ਸੀਗੇ ਜੀ ਉਹਨਾਂ ਦਾ ਬੈਗ ਗੁੰਮ ਹੋ ਗਿਆ ਆ ਜੀਨ ਦੇ ਕੱਪੜੇ ਦਾ ਸੀਤਾ ਹੋਇਆ ਬੈਗ ਵਾ ਉਹਦੇ ਵਿੱਚ ਉਹਨਾਂ ਦੇ ਮੀਡੀਆ ਨਾਲ ਸੰਬੰਧਿਤ ਕੁਝ ਦਸਤਾਵੇਜ਼ ਜਾਂ ਡਾਕੂਮੈਂਟ ਹੈਗੇ ਆ ਤੋ ਜਿੱਥੇ ਵੀ ਆਵਾਜ਼ ਸੁਣਦੀ ਆ ਜੇ ਕਿਸੇ ਦੇ ਹੱਥੋਂ ਬੈਗ ਲੱਗੇ ਤਾਂ ਸਟੇਜ ਦੇ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰਨ ਜੀ ਬੀਬੀ ਜੀ ਬਹੁਤ ਪਰੇਸ਼ਾਨ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੋਊਗਾ ਜਿਹੜਾ ਸਟੇਜ ਦੇ ਉੱਤੇ ਬੈਗ ਲੈ ਕੇ ਆਊਗਾ ਜੀ ਔਰ ਸੁਰਿੰਦਰ ਸਿੰਘ ਜੀ ਸਾਨਵ ਅਰਜਨ ਸਿੰਘ ਇਹਨਾਂ ਦੀ ਗੱਡੀ ਆ ਜੀ PB08-0431 ਕਿਤੇ ਖੜੀ ਆ ਉਹਨੂੰ ਸਾਈਡ 'ਤੇ ਕਰਦੀ ਕਿਰਪਾਲਤਾ ਕਰੋ ਜੀ ਇੰਨੀ ਬੇਨਤੀ ਪਰਿਵਾਰ ਕਰਨੀ ਜੀ ਹੁਣ ਸਾਡੇ ਕੋਲ ਧਰਮਪਾਲ ਜੀ ਸੀਲ AIKS 5 ਮਿੰਟ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਸਟੇਜ ਦੇ ਉੱਤੇ ਨੇੜੇ ਹੱਥ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਉਹਨਾਂ ਤੋਂ ਬਾਅਦ ਚੌਧਰੀ ਸੁਰੇਸ਼ ਕੈਤ ਕੁੱਲ ਹਿੰਦ ਸੰਘਰਸ਼ ਸਮਿਤੀ ਦੇ ਮੈਂਬਰ ਉਹ ਵੀ ਨੇੜੇ ਆ ਜਾਣ ਸਟੇਜ ਦੇ ਉੱਪਰ ਜੀ ਉਸ ਤੋਂ ਬਾਅਦ ਜੀ ਚੌਧਰੀ ਮੁਸਤਕੀਮ ਜੀ ਹਸਨ ਕੌਮੀ ਪ੍ਰਧਾਨ ਕੁੱਲ ਹਿੰਦ ਕਿਸਾਨ ਸੰਘਰਸ਼ ਸਮਿਤੀ ਉਹ ਵੀ ਸਟੇਜ ਦੇ ਉੱਤੇ ਪਹੁੰਚ ਜਾਣ ਕਿਉਂਕਿ ਸਮਾਂ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਕੀਮਤੀ ਸਟੇਜ ਦਾ ਜੀ ਪਹੁੰਚਣ 'ਚ ਕਈ ਵਾਰੀ ਸਟਾਵੇ 1-2 ਮਿੰਟ ਲਗਾ ਦਿੰਦੇ ਆ ਇਸ ਕਰਕੇ ਪਹਿਲੇ ਬੈਠ ਦੀ ਕਿਰਪਾਲਤਾ ਕਰਨ ਜੀ ਉਹਨਾਂ ਤੋਂ ਬਾਅਦ ਜੀ ਮੰਗਲ ਸਿੰਘ ਪ੍ਰਧਾਨ ਪੰਚਾਇਤ ਜੀ ਨੇ ਉਹ ਇੱਥੇ ਮੇਰੇ ਖਲ ਬੈਠੇ ਆ ਬਾਕੀ ਬੁਲਾਰੇ ਨਾ ਬੋਲ ਦੇਵਾਂਗੇ ਜੀ ਉਹ ਲੈ ਜਾਣ ਠੀਕ ਆ ਜੀ ਆ ਜੀ ਇੱਕ ਬੈਗ ਇੱਥੇ ਪਹੁੰਚਿਆ ਜੀ ਜੀਨ ਦੇ ਕੱਪੜੇ ਦਾ ਸੀਤਾ ਆ ਮੇਰੇ ਖਿਆਲ ਬਲਦੇਵ ਸਿੰਘ ਜੀ ਸਿਰਸਾ ਉਹ ਲੈ ਲੈਣ ਜੀ ਆ ਬੈਗ ਬਲਦੇਵ ਸਿੰਘ ਸਿਰਸਾ ਉਹਨਾਂ ਨੇ ਮੈਨੂੰ ਕਿਹਾ ਸੀ ਉਹ ਲੈ ਲੈਣੀ ਬੈਗ ਪਹੁੰਚ ਗਿਆ ਜੀ ਮੰਚ ਤੇ ਬੈਠੇ ਹੋਏ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ ਤੇ ਇਸ ਛੱਬੀ ਤਾਰੀਖ ਤੋਂ ਲਗਾਤਾਰ ਸਾਰੇ ਦੇਸ਼ 'ਚੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਮੈਂਬਰ ਸਾਹਿਬਾਨ ਦਿੱਲੀ ਦੇ ਅੰਦਰੂਨੀ ਰਸਤਿਆਂ ਨੂੰ ਰੋਕ ਕੇ ਬਹੁਤ ਹੀ ਦ੍ਰਿੜਤਾ ਦੇ ਨਾਲ ਔਰ ਅਮਨ ਪੂਰਵਕ ਢੰਗ ਦੇ ਨਾਲ
पूरे अनुशासन दे विच रह के दिल्ली सरकार दिया नासा च तुसी धुआं कीता होया। प्यारे किसान मजदूर भरावो, जिहड़ा साडा संविधान है सारी दुनिया च लोक राज दे नां दे उत्ते जाणिया जांदा, इस करके साडे देश च हर पांच साल मगरों गुप्त पर्ची दे राही नुमाइंदे चुने जांदे है। अगरों जिहड़ी सरकार बनन तों बाद लोकां दे खिलाफ कोई ऐसे कानून पास करदी है जिहड़े लोकां दीआं धारनावां तों उल्ट होण, तां सानूं साडे संविधान दा धारा 19 हक दिंदी है कि असीं अपने पुरअमन तरीके दे नाल लामबंद हो के सरकार दे खिलाफ संघर्ष कर सकते हैं। सो उसे तरीके दे नाल असीं लगातार जून महीने तो लैके वख-वख पड़ावां च हुंदे होए अज इत्थे दिल्ली दीआं बरूहां ते बैठे हाँ, और इहदे छे मीटिंगां जिहड़ियां साडे आगुआं दीआं केंद्र दे नुमाइंदिआं नाल हो चुकियां। मेरे तो पहलां बुलारे उहदे बारे च बहुत विस्तार दे नाल दस के गए हन, उहदे च नहीं जाणा, पर प्यारे भरावो साडा इह एजेंडा कोई इक व्यक्ति दे खिलाफ नहीं, साडी लड़ाई समुचे कारपोरेट घराणिआं दे नाल कारपोरेट सैक्टर दे खिलाफ है, क्योंकि मोदी सरकार ने गद्दी तो बैठदिआं सार जिहड़े भी समय समय से कानून लैके आंदे ओह कानून एक पासे कारपोरेट सैक्टर दे हक च और दूसरे पासे जिहड़ा इहनां दा रिमोट कंट्रोल है RSS जिहनूं जनसंघ कहा जांदा है, जिन्हां दा इतिहास देश नूं आजाद कराउण वेले भी देश दे गद्दारां च लिखिआ होइआ, वह कहिंदे आ देश दे अंदर एक संविधान होना चाहिए, एक कानून होना चाहिए, उहदे तहत यह देश च एक मंडी करना चाहते है, देश च एक तरह की भाषा और देश च एक तरह का जिहड़ा सिविल सांझा कोड है उहनू भी लैके आना चाहते है। अखीर च इहनां दी इह भावना जनसंघ दी कि संविधान नूं तोड़ के इत्थे जिहड़ा मनु स्मृतियां का संविधान वह लागू किया जाए। सो इहदे जिहड़े तूतू है मोदी और अमित शाह की जुंडली वह लगातार इहनां दे एजेंडिआं नूं लागू कर रहे है। प्यारे भरावो, लोक राज सानू यह हक दिंदा है कि असीं पुरअमन तरीके दे नाल केंद्र सरकार दे खिलाफ सूबाई सरकार दे खिलाफ अपना अंदोलन कर सकते हैं। मैं अखीर च बहुता टाइम ना लैंदा होया तुहानूं दो गल्लां ही कहणियां, एक गल तो यह कि मेरे तो पहला भी इत्थे सियाणे आगू बोल के गए है, क्योंकि किसी भी मोर्चे की सफलता साडे अनुशासन दे विच हुंदी है और मोर्चे की सफलता जिहड़ा साडे मंगां दा चार्टर हुंदा है, इस करके साडी विचारधारा साडा मंगां दा चार्टर वह बिल्कुल हिंदुस्तान दे 95% लोगों के हक च है। दूसरे पासे बहुत थोड़े लोग है जिहड़े अडानी अंबानी है जिन्हां की पैरवाई अज केंद्र सरकार कर रही है, इस करके साडी जित है वह वश होनी है, क्योंकि मैं 26 साल ट्रेड यूनियन च काम किया, मैनेजमेंटा के खिलाफ लड़े है, पर जदों किते साडा अनुशासन भंग हो जाए तो समय की मैनेजमेंटा नूं समय के हुक्मराना नूं मौका मिलता है वह मौका नहीं देना। दूसरी गल, जिन्हें भी साडे आंढ गुआंढ च बाजार है लोग जा रहे हैं, इन्हों का साडे वास्ते इन्हों का मान जितना इन्हों का दिल जितना यह भी साडे इस अनुशासन का एक हिस्सा है, सो इन्हों कोई तकलीफ ना दी जाए। आखिर इको बेनती करनी है, पुराने समय हिंदुस्तान के राजे महाराजे जदों अपनी लड़की की शादी करते सी वह स्वयंवर रचा करते सी, मैं उदाहरण देनी है थोनू द्रोपदा स्वयंवर की, द्रोपदा के पिता ने उसकी शादी वास्ते स्वयंवर रचे है, स्वयंवर च की शर्त सी, कहिंदा थल्ले तेल का कड़ाहा होगा उबलदा होया उहदे उपर एक खंभा होगा, खंभे दे विच चरखी च मच्छी घुमदी होगी, जिहड़ा भी कहिंदा योदा मच्छी च तीर मारेगा उहदा पल्ला मैं अपनी द्रोपदा दा फड़ा देंगा, उहदा पल्ला फड़ा देंगा। प्यारे भरावो, मेरे वर्गे वड्डे वड्डे 73 उस मैदान च आए स्वयंवर, पर कोई भी उहनूं सर ना कर सकिया। जदों अर्जन की वारी आई, अर्जन का निशाना ठीक सी,
अर्जुन की प्रतिबद्धता ठीक सी, अर्जुन का दृढ़ इरादा सी। जो कृष्ण ने पूछा कि अर्जुन की सिचुएशन है, कहिंदा कृष्ण जी महाराज थले तेल का कड़ाहा उबलदा है, उत्ते कहिंदा चरखड़ी च मच्छी घूमदी है, एक कहिंदा मच्छी की अख दिसदी है और दिसदा कुछ नहीं, सो तीर छड्या जित प्राप्त की और द्रोवता प्रणा के लै गया। सो प्यारे किसान भरावो, थोड़ा जड़ा निशाना वह मोदी की छपरी की छाती से होना चाहिए, जो थोड़ी एकता का है तीर मोदी की छत्ती छत जाके बचेगा, थोड़ी जित वश होगी ना शब्दों के नाल, थोड़ा सारे का धन्यवाद। जय जनता जय संघर्ष।